दोस्तों ये है बहुत ही खूबसूरत जिहा खिडौना गुरु नानक वर्कस संघोल वालियां दा। ते प्रदीप ये किन्ना मॉडल है, केड़ी कार है? 1958 मॉडल है ये। 1958 मॉडल? हाँ जी, मॉरिस माइनर है ना, मेड इन इंग्लैंड, इंग्लैंड मेड है ये, इंग्लैंड दी बनी हुई है। तो 1958 मॉडल मॉरिस माइनर। तो जे आप इसकी गल करिए, जिनी ये खूबसूरत है, तुम आप तैयार करिए कि नहीं? आपे तैयार करते हैं, सारा काम आपे करते हैं। मिस्त्री का ना सब तो व्डा फायदा है ना, कुछ भी कर सकते हैं। हाँ जी, जो डेंटिंग पेंटिंग बाहरों करवाने आप, हाँ। मकैनिकल काम या होर काम, बाकी सारा आपे करते हैं। ठीक है। इस दे जिहड़े गेयर वगैरह ने किन्ने हुंदे ने, तेल इह किन्ना क खांदियां सने? इह पेट्रोल गड्डी आ, पेट्रोल तां इह काफ़ी खांदियां पहलियां जिहड़ियां हैगियां। जे ज्यों ज्यों हुण नवीं आई जांदियां, एम जी हुण भी गड्डी आ रही आ नवीं, 2020 मॉडल 21 मॉडल एम जी गड्डी आ, उह मॉरिस गराज, पहलां इह मॉरिस माइनर हुंदी थी इह, हाँ हुण हुण एम जी आ रही है इह। अच्छा। हाँ जी हाँ जी। तो 7-8 की एवरेज दिंदी आ पेट्रोल दी, मतलब जे आप वेखिए रखेगा शौक वाला, वह भी खाँदा पींदा चाहिए ना? हाँ जी हाँ जी। ठीक है। तो बहुत ही खूबसूरत कह ली एक चीज़ इन्होंने जो गिफ्ट है संभाल के रख्या होया। प्रदीप जे कोई मान लो इस खरीदना चाहे, वेचोगे जां इदां ही है? हाँ जी हाँ जी, ये वेच देंगे, फॉर सेल है। अच्छा। वैसे आम छूट वास्ते ही रखी हुई है ये। अच्छा। काम तो बहुत घट लैंदे आ, खड़दी होया ये ज़्यादातर। ठीक है। ਜੇ ਆਪਾਂ ਉੱਦਾਂ ਵੀ ਵੇਖੀਏ ਤਾਂ 60-62 ਸਾਲ ਉਮਰ ਦੀ ਹੈ ਨਾ? ਹਾਂਜੀ ਹਾਂਜੀ। ਰਿਟਾਇਰਮੈਂਟ ਇੰਨੀ ਵਹਿ ਲਈ ਹੋਈ ਹੈ ਹੁਣ, ਹੈ ਨਾ, 60 ਸਾਲ ਤੋਂ ਅੱਗੇ। ਹਾਂਜੀ, ਵਰਕਿੰਗ ਆ, ਸਾਰਾ ਕੁਛ ਵਰਕਿੰਗ ਆ, ਚੱਲਦੀ ਆ ਗੱਡੀ ਹੈ। ਅੱਛਾ। ਹਾਂਜੀ ਹਾਂਜੀ, ਜੋ ਇਹਦਾ ਇੰਟੀਰੀਅਰ ਆ ਜਾਂ ਇਹ ਮੋਨੋਗ੍ਰਾਮ ਹੋ ਗਿਆ, ਫਰੰਟ ਗ੍ਰਿਲ ਹੋ ਗਈ, ਇਹ ਸਾਰਾ ਓਰਿਜਨਲ ਆ, 1958 ਦਾ ਹੀ ਹੈ ਇਹ। ਅੱਛਾ। ਹਾਂਜੀ ਹਾਂਜੀ। ਇਹ ਜਿਹੜਾ ਜਾਨੀ ਅੱਗੇ ਆਪਾਂ ਦਿਖਾਉਂਦੇ ਹਾਂਗੇ, ਫਰੰਟ ਹੈ ਜਿਵੇਂ ਇਹਦੇ ਸ਼ੀਸ਼ੇ ਨੇ ਨਾਲ ਦੇ ਓਰੀਜਨਲ ਨੇ? ਇਹ ਸ਼ੀਸ਼ੇ ਬਾਅਦ 'ਚ ਲੱਗੇ ਹੋਏ ਆ, ਜਿਵੇਂ ਗ੍ਰਿਲ ਹੋ ਗਈ, ਲਾਈਟਾਂ ਹੋ ਗਈਆਂ, ਮੋਨੋਗ੍ਰਾਮ ਹੋ ਗਿਆ ਇਹਦਾ, ਮੋਰਿਸ ਵਾਲਾ, ਉਹ ਦੇਖੋ ਮੋਰਿਸ ਲਿਖਿਆ ਹੋਇਆ, ਇਹ ਓਰੀਜਨਲ ਹੈ ਜੀ। ਠੀਕ ਹੈ। ਇਹ ਇੰਟੀਰੀਅਰ ਵਿੱਚ ਜੋ ਸਟੀਅਰਿੰਗ ਲੱਗਿਆ ਹੋਇਆ, ਮੀਟਰ ਲੱਗੇ ਹੋਏ ਆ, ਡੈਸ਼ਬੋਰਡ ਆ, ਉਹ ਸਾਰਾ ਓਰੀਜਨਲ ਆ, 1958 ਦਾ ਹੀ ਹੈ ਉਹ। ਅਤੇ ਦੋਸਤੋ ਆਪਾਂ ਗੱਡੀ ਦੇ ਵਿੱਚ ਬੈਠ ਚੁੱਕੇ ਹਾਂ, ਬਹੁਤ ਹੀ ਪਿਆਰਾ ਜਿਹਾ, ਪਿਆਰੀ ਉਹ ਬਹੁਤ ਲੱਗ ਰਹੀ ਹੈ ਬਾਈ ਜੀ। ਪ੍ਰਦੀਪ ਜਿਹੜਾ ਇਹ ਸਟੇਅਰਿੰਗ ਵਗੈਰਾ ਤੁਸੀਂ ਇਸ ਦੀ ਗੱਲ ਕਰ ਰਹੇ ਸੀ, ਇਹ ਓਰੀਜਨਲ ਨਾ? ਓਰੀਜਨਲ ਆ, ਸਾਰਾ ਓਰੀਜਨਲ ਆ, ਓਇਲ ਮੀਟਰ ਹੋ ਗਿਆ ਓਰੀਜਨਲ, ਆ ਸਪੀਡ ਮੀਟਰ ਇਹ ਵੀ ਓਰੀਜਨਲ ਆ, ਅੱਛਾ, ਐਮਪੀਅਰ ਮੀਟਰ ਹੋ ਗਿਆ, ਮੋਨੋਗ੍ਰਾਮ ਇੰਗਲੈਂਡ ਦਾ ਲੱਗਿਆ ਹੋਇਆ ਇਹ ਇਹ ਵਾਲਾ, ਹੈ ਨਾ? ਹਾਂਜੀ ਹਾਂਜੀ। ਇਹ ਡੈਸ਼ਬੋਰਡ ਸਾਰਾ ਓਰੀਜਨਲ ਆ, ਗੇਅਰ ਹੋ ਗਿਆ, ਉਹ ਪੈਡਲ ਦੇਖੋ। ਅੱਛਾ। ਉਹ ਪੈਡਲ ਵੀ ਵਾਕਈ ਬਾਈ ਉਹ ਵੱਖਰੇ ਟਾਈਪ ਦੇ, ਉਹ ਕਲੱਚ ਆ, ਇਹ ਬ੍ਰੇਕ ਆ, ਦੇਖੋ ਇੱਕ ਪੈਰ ਨਾਲ ਆ, ਕਿੱਦਾਂ ਇਹ ਕਲੱਚ ਆ, ਮਤਲਬ ਇੰਨੀ ਨੇੜੇ ਨੇੜੇ ਆ ਇਹ, ਪੁਰਾਣੇ ਟਾਈਮ 'ਚ ਇੰਨੀ ਨੇੜੇ ਨੇੜੇ ਆਉਂਦੇ ਤੇ ਇਹ, ਵੀ ਇੱਕ ਪੈਰ ਨਾਲ ਦੱਬ ਹੋ ਜਾਂਦੇ, ਥੋੜ੍ਹਾ ਜਿਹਾ ਇੱਥੇ ਕਰਿਓ ਥੱਲੇ ਤੋਂ, ਇਹ ਇੱਕੋ ਕਿੱਲੀ 'ਚ ਪੈਂਦੇ ਆ, ਉੱਪਰ ਆ ਕੇ ਅਲੱਗ ਅਲੱਗ ਹੁੰਦੇ ਆ ਕਲੱਚ ਅਤੇ ਬ੍ਰੇਕ। ਰੱਖਿਓ ਪੈਰ, ਮਤਲਬ ਹੈ ਨਾ ਜਿਵੇਂ ਹੁਣ ਨੇੜੇ ਨੇੜੇ ਪੂਰੀ, ਹਾਂਜੀ ਹਾਂਜੀ, ਇੱਥੇ ਪੈਰ ਫਸਦਾ ਵੀ ਹੋਊਗਾ, ਬੜਾ ਟ੍ਰੇਨਡ ਬੰਦਾ ਚਲਾਉਂਦਾ। ਹਾਂਜੀ ਹਾਂਜੀ, ਸਹੀ ਹੈ, ਬਹੁਤ ਧਿਆਨ ਨਾਲ ਚਲਾਉਣੀ ਪੈਂਦੀ ਹੈ, ਸਹੀ ਹੈ। ਤੇ ਇਹਦੇ ਗੇਅਰ ਕਿੰਨੇ ਨੇ ਜੀ? ਇਹਦੇ 5 ਗੇਅਰ ਹੈ ਜੀ। ਅੱਛਾ, 5 ਗੇਅਰ ਨੇ। ਹਾਂਜੀ ਹਾਂ। ਠੀਕ ਹੈ। ਆ ਲਾਈਟਾਂ ਵਾਲਾ ਸਿਸਟਮ ਆ ਗਿਆ। ਹਾਂ ਹਾਂਜੀ ਹਾਂ। ਆ ਕੀ ਚੀਜ਼ ਹੈ? ਇਹ ਵੀ ਲਾਈਟਾਂ ਵਾਲੀ ਹੋਏ, ਬਾਅਦ 'ਚ ਲੱਗੀ ਹੋਈ ਹੈ ਜਾਣੀ ਇਹ। ਤੇ ਠੀਕ ਹੈ ਜੀ। ਬਾਕੀ ਆਹ ਕੀ ਚੀਜ਼ ਆ ਥੱਲੇ ਜਿਹੜਾ ਵੱਖਰਾ? ਡੈਸ਼ਬੋਰਡ ਸਮਾਨ ਰੱਖਣੇ ਨੂੰ ਹੁੰਦਾ ਜੀ। ਆਹ ਵੇਖੋ ਜੀ, ਡੈਸ਼ਬੋਰਡ ਇਹਦਾ ਕਿੱਥੇ ਲੱਗਾ ਹੋਇਆ? ਜਿਵੇਂ ਬਾਕੀ ਗੱਡੀਆਂ ਨੂੰ ਇੱਥੇ ਹੁੰਦਾ, ਬਾਕੀ ਗੱਡੀਆਂ ਦੇ ਉੱਪਰ ਹੁੰਦਾ ਹੈ ਨਾ ਜੀ, ਇਹਦਾ ਆਹ ਲੱਗਿਆ ਹੋਇਆ, ਇਹ ਡੈਸ਼ਬੋਰਡ ਹੈ ਇਹਦਾ, ਹੈ? ਹਾਂਜੀ ਹਾਂਜੀ। ਠੀਕ ਹੈ। ਅਤੇ ਬੈਕ ਦੇ ਵਿੱਚ ਤਾਂ ਇਹਦੇ ਛੱਤ, ਇਹ ਜਿਹੜੀ ਛੱਤ ਵਗੈਰਾ ਸਭ ਨਾਲ ਦੀ ਹੈ? ਨਹੀਂ, ਇਹ ਕੱਪੜਾ ਬਾਅਦ 'ਚ ਚੜਿਆ ਹੋਇਆ, ਬਾਕੀ ਤਾਂ। ਅੱਛਾ, ਨਾਲ ਦਾ ਜਾਣੀ, ਬਾਕੀ ਉੱਦਾਂ ਗੱਤੇ ਸਾਰੇ ਬਾਅਦ 'ਚ ਬਣੇ, ਇੰਟੀਰੀਅਰ ਇਹਦਾ ਜਿਵੇਂ ਗੱਤੇ ਹੋ ਗਏ, ਛੱਤ ਹੋ ਗਈ, ਇਹ ਕੱਪੜਾ ਸਾਰਾ ਬਾਅਦ 'ਚ ਬਣਿਆ ਹੋਇਆ। ਹਾਂਜੀ, ਇਹ ਹਾਰਨ ਚੱਲਦਾ ਨਾਲ ਦਾ ਹੀ ਹੈ, ਆਹ ਨਾਲ ਦਾ ਹਾਰਨ ਹੈ, ਆਹ ਹਾਰਨ ਵੀ ਨਾਲ ਦਾ, ਲਾਇਓ ਹਾਰਨ, ਦੇਖੋ ਜੀ ਹਾਰਨ ਵੀ ਚੱਲਦਾ ਹੈ। ਇਹ 4 ਟਾਕੀਆਂ ਵਿੱਚ ਵੀ ਆਈ ਹੈ ਇਹ ਮੋਰਿਸ ਮਾਈਨਰ, ਜਿਹੜੀ ਪਹਿਲਾਂ ਆਉਂਦੀ ਸੀ ਉਹ ਇੱਕ ਟਾਕੀ 'ਚ ਆਉਂਦੀ, ਇੱਕ ਟਾਕੀ ਇੱਧਰ ਇੱਕ ਉੱਧਰ। ਅਤੇ ਪਿਛਲਾ ਬੰਦਾ ਕਿਵੇਂ ਬੈਠਦਾ ਜੀ ਫਿਰ? ਆਹ ਸੀਟ ਅੱਗੇ ਕਰਕੇ ਬੈਠਦਾ, ਸੀਟਾਂ ਹੀ ਅੱਗੇ ਕਰਨੀਆਂ ਪੈਂਦੀਆਂ। ਹਾਂ, ਇਹਨੂੰ 2 ਟਾਕੀਆਂ ਜੀ ਅੱਗੇ ਵਾਲੀਆਂ ਜੀ।
ਤੇ ਇਧਰ ਤਾਕੀ ਪਿੱਛੇ ਜਿਹੜੀਆਂ ਨੇ ਜਾਨੀ ਅੱਗੇ ਸੀਟ ਕਰਕੇ ਇਧਰ ਹੈ ਨਹੀਂ ਹਨਾ ਤਾਕੀ ਠੀਕ ਹੈ ਬਸ ਅੱਗੇ ਹੀ ਆ ਟਾਕੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਆਪਾਂ ਪਿੱਛੇ ਆਹ ਲੋਕ ਹੈ ਇਸ ਦਾ ਜੀ ਤਾਕੀ ਖੋਲਣ ਵਾਸਤੇ ਜਿੱਦਾਂ ਆਪਾਂ ਤਾਕੀ ਲੱਗੀ ਹੋਈ ਆ ਆਹ ਲੋਕ ਹੈ ਇੱਥੋਂ ਖੁੱਲਦੀ ਹੈ ਤਾਕੀ ਆਹ ਸ਼ੀਸ਼ਾ ਇਹਦਾ ਉੱਪਰ ਹੇਠਾਂ ਕਰਨ ਵਾਲੇ ਨੇ ਹੁਣ ਮੈਂ ਤੁਹਾਨੂੰ ਦਿਖਾਉਂਦਾ ਵਾਂ ਇਸ ਦੀ ਤਾਕੀ ਮੋਰਿਸ ਮਾਈਨਰ ਦੀ ਇਹਦੀ ਤਾਕੀ ਆਹ ਖੋਲੀ ਡਿੱਗੀ ਇਹਦੀ ਆਹ ਲਓ ਜੀ ਆਹ ਡਿੱਗੀ ਖੋਲਤੀ ਹੈ ਪ੍ਰਦੀਪ ਇਹ ਤੇਲ ਵਾਲੀ ਟੈਂਕੀ ਹੈ ਹਾਂਜੀ ਹਾਂਜੀ ਪੈਟਰੋਲ ਟੈਂਕ ਹੈ ਜੀ ਇਹ ਅੱਛਾ ਡਿੱਗੀ ਚੱਕ ਕੇ ਪੈਟਰੋਲ ਪਾਉਂਦੇ ਤੇ ਡਿੱਗੀ ਇੱਥੇ ਹੀ ਹੁੰਦੀ ਸੀ ਅੱਛਾ ਡਿੱਗੀ ਚੱਕੀ ਜਾਂਦੀ ਸੀ ਫਿਰ ਹੀ ਇਸ ਦੇ ਵਿੱਚ ਤੇਲ ਸੰਭਵ ਸੀ ਪੈਣਾ ਅਤੇ ਐਵਰੇਜ ਜਿਹੜੀ ਹੈ ਇਹਦੀ 8-9 ਕਿਲੋਮੀਟਰ ਦੀ ਹੋਈ ਹੈ ਅਤੇ ਉਸ ਟਾਈਮ ਖੈਰ ਉਦੋਂ ਆਬਾਦੀ ਵੀ ਘੱਟ ਸੀ ਰਾਜੇ ਮਹਾਰਾਜੇ ਹੀ ਚਲਾਉਂਦੇ ਸਨ ਅਤੇ 1958 ਮਾਡਲ ਹੈ ਜੀ ਅਤੇ ਬਾਹਦੀਆਂ ਚੀਜ਼ਾਂ ਜਿਹੜੀਆਂ ਨੇ ਓਰੀਜਨਲ ਨਾਲ ਦੀਆਂ ਹੀ ਨੇ ਆਹ ਕੁੰਡੇ ਕਬਜ਼ੇ ਵੀ ਜਿਹੜੇ ਨੇ ਪ੍ਰਦੀਪ ਹੋਣੀ ਦੱਸ ਰਹੇ ਨੇ ਨਾਲ ਦੇ ਓਰੀਜਨਲ ਨੇ ਸਾਰੇ ਠੀਕ ਹੈ ਜੀ ਅੱਛਾ ਠੀਕ ਹੈ ਚੱਬਾ ਫਿਰ ਰਹਿਣ ਦਿੰਦੇ ਕਾਹਨੂੰ ਦਿਖਾਉਣਾ ਆਹ ਦੇਖ ਸਕਦੇ ਹੋ ਜੀ ਇਸਦੀ ਚਾਸੀ ਇਹਦੀ ਬਾਡੀ ਜਿਹੜੀ ਆ ਆਹ ਨਾਲ ਦੀਆਂ ਇਸਦੀਆਂ ਪਲੇਟਾਂ ਵਗੈਰਾ ਨੇ ਅਤੇ ਦੋਸਤੋ ਇਹ ਆਪਾਂ ਦੇਖੀਏ ਪ੍ਰਦੀਪ ਬਾਈ ਹੋਣਾਂ ਦੀ ਗੱਡੀ ਮੋਰਿਸ ਮਾਈਨਰ 1958 ਮਾਡਲ ਅਤੇ ਇਹ ਫਿਲਮਾਂ ਦੀ ਸ਼ੂਟਿੰਗ ਵਗੈਰਾ ਵਿੱਚ ਆਮ ਤੌਰ 'ਤੇ ਤੁਸੀਂ ਦੇਖੀ ਹੋਊਗੀ ਪੰਜਾਬੀ ਫਿਲਮਾਂ 'ਚ ਖਾਸ ਕਰਕੇ ਅਤੇ ਬਾਕੀ ਜਿਹੜੇ ਇਸ ਨੂੰ ਚਾਹੁਣ ਵਾਲੇ ਨੇ ਪਸੰਦ ਕਰਨ ਵਾਲੇ ਨੇ ਉਹ ਪ੍ਰਦੀਪ ਬਾਈ ਹੋਣਾਂ ਨਾਲ ਸੰਘੋਲ ਆਣ ਕੇ ਗੱਲ ਕਰ ਲੈਣ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਪਿਆਰਾ ਜਿਹਾ ਉੱਚਾ ਪਿੰਡ ਵੀ ਕਹਿੰਦੇ ਨੇ ਅਤੇ ਸੰਘੋਲ ਵੀ ਕਿਹਾ ਜਾਂਦਾ ਖਮਾਣੋ ਦੇ ਵੀ ਨੇੜੇ ਪੈਂਦਾ ਅਤੇ ਉੱਥੇ ਕਦੇ ਵੀ ਇਹਨਾਂ ਨੂੰ ਆਣ ਕੇ ਮਿਲ ਸਕਦੇ ਹੋ ਦਿਓ ਇਜਾਜ਼ਤ ਆਪਣੇ ਦੋਸਤ ਸਾਹਿਬ ਸਿੰਘ ਵਿਰਕ ਲੋਹਾਰ ਮਾਜਰਾ ਨੂੰ ਧੰਨਵਾਦ